स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड बदनी कलां मोगे जिले का पिंड है, तो मेन रोड से पैंदा। जदों मोगे तो आपां बरनाले वाल नूं जाना होवे तां जिहड़ा दोस्तों नैशनल हाईवे है उहदे उत्ते पिंड आ जांदा है। वड्डे पिंडां च गिनती हुंदी है बदनी कलां दी। ते अज जिहड़ी वीडियो बना रहे उहदे च वीर ने तिन नग विकाउ कीते, जिहदे च इक मज कुछ टाइम पहला दी सूई भी है, तोकड़ां च मान लो दुध चंगा दे रही है। एक गां तोकड़ गब्बना कन्फर्म गब्बना, बाकी जिहड़ा वीर खरीदूगा आप चेक करवा सकता। एक मज दोस्तो ये भी तोकड़ है, नाल इहदे बच्चा जिहड़ा सामने पट्ठे खा रहा खुरली तो इहदा बच्चा। सो इन्हां तिन्हां नगां बारे आपां बाई तो जानकारी लवांगे, तोर के थोनू ये पशु दिखा देंगे। जिहड़ा पशु थोड़े दोस्तों पसंद होगा आप आके आपकी तसली दे नाल तुसीं खरीद सकदे हो। आओ बाई नाल गलबात करदे हां। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ। ਨਾਮ ਦੱਸੀ ਵੀਰਾ? ਨਾਮ ਵੀਰੇ ਸੁਮੀਤ। ਠੀਕ ਹੈ। ਅੱਛਾ ਵੀਰ, ਵੈਸੇ ਪਸ਼ੂ ਰੱਖਦੇ ਆ ਘਰੇ ਜਾਂ ਵਪਾਰ ਦਾ ਕੰਮ? ਵਪਾਰ ਦਾ ਕੰਮ ਵੀ ਵੀਰੇ ਘਰੇ ਹੀ ਰੱਖਦੇ। ਠੀਕ ਹੈ। ਅੱਛਾ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਇਹਦੇ 'ਚ ਜਿਹੜੀ ਇਹ ਪਹਿਲੇ ਨੰਬਰ 'ਤੇ ਮੱਝ ਦਿਖਾਉਣੀ, ਕਿੰਨਵਾਂ ਸੂਆ ਸੂਈ ਹੈ ਇਹ ਵੀਰੇ? ਚੌਥੇ ਸੂਏ ਸੂਈ ਵੀ। ਚੌਥੇ ਸੂਏ 'ਤੇ ਕਿੰਨਾ ਕੁ ਚਿਰ ਹੋ ਗਿਆ ਸੂਈ ਨੂੰ? ਅੱਜ ਇਹਨੂੰ 2 ਮਹੀਨੇ ਹੋ ਗਏ ਵੀਰੇ। ਬੱਚਾ ਹੈਗਾ ਨਾਲ? ਨਹੀਂ ਵੀਰੇ, ਬੱਚਾ ਮਰਿਆ। ਠੀਕ ਹੈ। ਦੁੱਧ ਹੁਣ ਕਿੰਨਾ ਦੇ? ਦੁੱਧ 10 ਕਿਲੋ ਵੀਰੇ ਪਹਾੜੇ 'ਤੇ ਮਿਲਦੀ ਹੈ। 10 ਕਿਲੋ ਦੁੱਧ ਆ ਅਤੇ ਚਾਟ 'ਤੇ ਮਿਲਦੀ ਹੈ। ਠੀਕ ਹੈ, ਕੀ ਰੇਟ ਰੱਖਿਆ ਬਾਈ ਦਾ? ਇਹਦਾ ਵੀਰੇ 55 ਆ ਗਿਆ। ਖੋਲੀਏ ਨੀ ਦੋਸਤੋ, ਪਿੱਠ ਪੁੜੇ ਦੀ ਬਣਾਵਟ ਮੱਝ ਦੀ ਬਹੁਤ ਚੰਗੀ ਹੈ। 10 ਕਿਲੋ ਦੁੱਧ ਦੇ ਰਹੀ ਆ, 2 ਮਹੀਨੇ ਬਾਈ ਦੱਸਦਾ ਸੂਈ ਨੂੰ ਹੋ ਗਏ ਤੇ ਚਾਟ ਦੇ ਉੱਤੇ ਇਹ ਮਿਲਦੀ ਹੈ। ਪੂਛ ਜ਼ਿਆਦਾ ਚਿੱਟੀ ਹੈ ਤੇ ਇੱਕ ਪੈਰ ਵੀ ਥੋੜਾ ਜਿਹਾ ਵਾਈਟ ਹੈ ਪਿਛਲਾ। ਹਵਾਨਾ ਦੋਸਤੋ ਤੁਸੀਂ ਦੇਖ ਲਓ, ਜੇ ਬਾਕੀ ਦੁੱਧ ਜਿਹੜਾ ਸੂਏ ਸਵਾਏ ਪਸ਼ੂ ਦਾ ਭਾਵੇਂ 2 ਟਾਈਮ ਚੋਲਿਆ ਕਰੋ, ਤਸੱਲੀ ਤੁਸੀਂ ਕਰ ਸਕਦੇ ਹੋ। ਮਿਲਕਮੇਨ ਜਿਹੜੀ ਆਉਂਦੀ ਹੈ ਦੋਸਤੋ ਦੋਨਾਂ ਪਾਸਿਆਂ ਤੋਂ ਬਹੁਤ ਮੋਟੀ ਇਹਦੇ ਹਵਾਨੇ ਨੂੰ ਆਉਂਦੀ ਹੈ। ਮੱਝ ਜਿਹੜਾ ਉਹ ਦੇਖਦੇ ਹਾਂ ਆਪਾਂ, ਜਿਹੜਾ ਢਾਂਚਾ ਉਹ ਦੁੱਧ ਵਾਲਾ, ਬਾਕੀ ਪਸੰਦ ਜਿਹਨੇ ਪੈਸੇ ਲਾਉਣੇ ਆ ਉਹਨੂੰ ਹੋਣੀ ਚਾਹੀਦੀ ਹੈ। 55 ਡਿਮਾਂਡ ਹੈ, ਕੁਛ ਮੌਕੇ 'ਤੇ ਘੱਟ ਜਾਣਾ ਕਿਉਂਕਿ ਫਿਕਸ ਰੇਟ ਨਹੀਂ ਹੁੰਦੇ। ਇੱਕ ਗਾਂ ਬਾਈ ਕੋਲ ਤੋਕੜ ਗੱਬਣ, ਇਹਦੇ ਬਾਰੇ ਵੀ ਪੁੱਛਦੇ ਹਾਂ ਬਾਈ, ਇਹ ਗਾਂ ਕਿੰਨਵਾਂ ਸੂਆ? ਇਹ ਵੀਰੇ ਤੀਜੇ ਸੂਏ ਸੂਈ ਵੀ। ਚੌਥੇ ਹਸਤੇ ਗੱਬਣ? ਹਾਂਜੀ ਵੀਰੇ। ਕਿੰਨੇ ਚਿਰ ਦੀ ਗੱਬਣ? ਇਹ 3.5 ਮਹੀਨੇ ਦੀ ਗੱਬਣ। ਚੈੱਕ ਪਾਸ ਹੈ? ਹਾਂਜੀ ਵੀਰੇ। ਦੁੱਧ ਕਿੰਨਾ ਦਿੰਦੇ? 9 ਕਿਲੋ ਵੀਰੇ ਜਮਾਂ ਸਹੀ ਹੈ। ਰੇਟ ਇਹਦਾ ਕੀ ਰੱਖਿਆ? ਇਹਦਾ 30,000 ਰੁਪਏ। ਇਹਨੂੰ ਵੀ ਤੋੜ ਦਿੰਦੇ ਦੋਸਤੋ, ਚੌਥਾ ਸੂਆ ਅੱਗੇ ਸੂਗੀ। 3.5 ਮਹੀਨੇ ਦੀ ਗੱਬਣ ਚੈੱਕ ਪਾਸ ਹੈ, ਤੁਸੀਂ ਕਰਵਾ ਸਕਦੇ ਹੋ ਜਿਹਨੇ ਲਿਜਾਣੀ ਆ। ਬਰੀਡ ਕਰੋਸ ਹੈ, ਦੁੱਧ 9 ਕਿਲੋ। ਬਾ ਮੋੜ ਲਾ ਬਾਈ। ਸੋ ਗੱਬਣ ਕਨਫਰਮ ਹੈ, ਬਾਕੀ ਜਿਹੜਾ ਵੀਰ ਖਰੀਦੇ ਉਹ ਆਪਦਾ ਡਾਕਟਰ ਵੀਰ ਬੇਸ਼ੱਕ ਨਾਲ ਲੈ ਆਵੇ, ਕਨਫਰਮ ਕਰ ਸਕਦਾ। ਚਵਾਈ ਦੀ ਬਹੁਤ ਚੰਗੀ ਹੈ ਬਾਈ ਦੱਸਦਾ, ਅਤੇ ਉਹ ਇਹਦਾ ਥਣ ਹੀ ਦੱਸ ਰਿਹਾ ਵੀ ਜਿਹੜੀ ਚਵਾਈ ਇਹਦੀ ਚੰਗੀ ਹੋਊਗੀ, ਕਿਉਂਕਿ ਸੋਹਣੇ ਥਣਾਂ ਦੀ ਗਾਂ ਦੇਖ ਸਕਦੇ ਹੋ ਤੁਸੀਂ। ਸੋ ਇੱਦਾਂ ਦਾ ਇਹਦਾ ਢਾਂਚਾ ਹੈ। ਚੌਥਾ ਸੂਆ ਅੱਗੇ ਇਸ ਗਾਂ ਨੇ ਸੂਣਾ। ਇੱਕ ਮੱਝ ਦੋਸਤੋ ਹੋਰ, ਇਹਦੇ ਜਿਹੜੇ ਸਿਰ ਦੇ ਜਿਹੜੇ ਸਿੰਘਾਂ ਦੇ ਉਤਲੇ ਪੋਪਲੇ ਹੁੰਦੇ ਉਹ ਲੱਥੇ ਵੇ ਆ ਦੋਵਾਂ ਸਿੰਘਾਂ ਦੇ, ਇਹਦਾ ਸੂਆ ਕਿੰਨਾ ਮਤਲਬ? ਇਹ ਤੀਜੇ ਸੂਏ ਵੀਰੇ। ਕਿੰਨਾ ਚਿਰ ਹੋ ਗਿਆ ਸੂਈ ਨੂੰ? ਇਹਨੂੰ ਹੋ ਗਿਆ ਵੀਰੇ 2.5 ਮਹੀਨੇ। ਠੀਕ ਹੈ। ਅੱਛਾ ਦੁੱਧ ਹੁਣ ਕਿੰਨਾ ਦੇ? 10 ਕਿਲੋ ਵੀਰੇ। 10 ਕਿਲੋ ਤੇ ਬੱਚਾ ਨਾਲ ਕੀ ਇਹਦੇ? ਕੱਟਾ ਵੀਰੇ। ਕੱਟਾ ਕੱਟੇ ਤੇ ਮਿਲਦੀ ਹੈ? ਹਾਂਜੀ ਵੀਰੇ, ਕੱਟੇ ਤੇ ਮੂਰੇ ਬਾਹ ਖੜਿਆ ਲੈਣਾ ਤੇ ਬਸ ਬਹਿ ਜਾਣਾ ਆਪਣੀ ਘਰ ਦੀ ਮੱਝ ਆ ਵੀਰੇ। ਅੱਛਾ, ਕੀ ਰੇਟ ਰੱਖਿਆ ਇਹਦਾ? ਇਹਦਾ ਵੀਰੇ 63,000 ਰੁਪਏ। ਇਹਨੂੰ ਵੀ ਤੋੜ ਦਿਓ। 63,000 ਡਿਮਾਂਡ ਹੈ, ਅਤੇ ਦੁੱਧ ਇਹਦੇ ਥੱਲੇ ਵੀ 10 ਕਿਲੋ ਆ। ਬੱਚਾ ਨਾਲ ਕੱਟਾ ਦਾਰੇ ਸਾਨ ਦਾ, ਲਕਸ਼ਮੀ ਡੇਅਰੀ ਫਾਰਮ ਵਾਲੇ ਦਾ, ਅਤੇ ਬਾਈ ਦੇ ਘਰ ਦੀ ਮੱਝ ਆ। ਬਾ ਮੋੜ ਲਾ ਬਾਈ। ਚੰਗਾ ਕੱਦ ਹੈ, ਚੰਗੀ ਵੇਲ ਹੈ, ਸਿੰਘ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ ਵੀ ਪੋਪਲੇ ਦੋਵਾਂ ਸਿੰਘਾਂ ਦੇ ਲੱਥੇ ਵੇ ਹੈ। ਦੁੱਧ 10 ਕਿਲੋ ਹੈ, ਮਿਲਦੀ ਬੱਚੇ 'ਤੇ ਹੈ, ਬੱਚਾ ਇਹਦੇ ਮੂਹਰੇ ਬੰਨਣਾ ਪੈਂਦਾ। ਥਣ ਹਵਾਨਾ ਸਾਫ਼ ਸੁਥਰਾ, ਬਾਕੀ ਜੋ ਚੀਜ਼ ਹੈ ਉਹ ਤੁਹਾਡੇ ਸਾਹਮਣੇ ਦੋਸਤੋ। ਇਹ 3 ਨਾਗ ਵੀਰ ਨੇ ਵਿਕਾਊ ਕੀਤੇ ਆ। ਇਹਨਾਂ ਦੇ ਵਿੱਚੋਂ ਕੋਈ ਵੀ ਪਸ਼ੂ ਤੁਹਾਡੇ ਪਸੰਦ ਹੋਵੇ ਤਾਂ ਆਪ ਆ ਕੇ ਆਪਦੀ ਤਸੱਲੀ ਦੇ ਨਾਲ ਤੁਸੀਂ ਖਰੀਦ ਸਕਦੇ ਹੋ। ਨੰਬਰ ਇਹਨਾਂ ਦਾ ਸਕਰੀਨ ਉੱਤੇ ਲੱਗਾ। ਦੁੱਧ ਚੋਣ ਵਾਲੇ ਪੱਖ ਤੋਂ ਤਸੱਲੀ ਤੁਸੀਂ ਕਰਨੀ ਹੈ, 2 ਟਾਈਮ ਬੇਸ਼ੱਕ ਚੋਲੋ, ਅਤੇ ਜਿਹੜਾ ਗੱਭਣ ਪਸ਼ੂ ਹੈ ਉਹ ਚੈੱਕ ਆਪਦਾ ਡਾਕਟਰ ਵੀਰ ਨਾਲ ਲਿਆ ਕੇ ਕਰਵਾ ਸਕਦੇ ਹੋ। ਸੌਦਾ ਜਿਹੜਾ ਹਮੇਸ਼ਾ ਜਚੇ 'ਤੇ ਹੁੰਦਾ, ਅਤੇ ਉਹਦੇ ਲਈ ਜ਼ਰੂਰੀ ਹੈ ਵੀ ਆ ਕੇ ਪਹਿਲਾਂ ਪਸ਼ੂ ਦੇਖਿਆ ਜਾਵੇ। ਧੰਨਵਾਦ ਵੀਡੀਓ ਦੇਖਣ ਲਈ।